पंजाब विधानसभा चोणां दा अखाड़ा पक चुके है ते जी पंजाब हरियाणा हिमाचल दी टीम भी लगातार लोकां च विचारी है ते ए जानण दी कोशिश कर रही है कि केड़े ओ मुद्दे ने जो इस बार चोणां नूं प्रभावित करनगे। बरनाला तों साडे पत्रकार रविंदर सिंह दी रिपोर्ट। दो हज़ार 2017 विधानसभा चोणां दा चुनावी दंगल शुरू हो चुका है ते इस चुनावी दंगल दे विच हर एक सियासी पार्टी वोटरां कोले पहुंच रही है। तमाम तरह के वादे किए जाते हैं, इन वादियां ते किन्ना विश्वास करते हैं पंजाब के सूझवान वोटर, अते इस तों इलावा फ्री एंड फेयर चोणां किस तरह हो सकती हैं ते बेरोजगारी नशे का मुद्दा किड्डा वड्डा मुद्दा इस विधानसभा चोणां दे विच रहेगा। इन तमाम सवालों के जवाब लभदे हैं पंजाब के सूझवान वोटरां दे कोले। अज असीं पहुंचे बरनाला दे वोटरां कोले। तुहानूं की लगता कि 2017 विधानसभा चोणां दे विच बेरोजगारी किड्डा वड्डा मुद्दा रहे? पोलिटिकल पार्टियां जिहड़े इस तरह के मुद्दे नहीं लैके आउंदियां जी, इन्हां दा मतलब है वोट बैंक बटोरना। ते असीं चाहुंदे आ कि समाज दा कोई भला करन वाली पार्टी है वी जो चोण मैनीफेस्टो बणाउंदियां ने ਉਹਦੇ ਪ੍ਰਤੀ ਇਹਨਾਂ ਨੂੰ ਜਵਾਬ ਦੇ ਹੋਣਾ ਚਾਹੀਦਾ। ਬਹੁਤ ਜਿਹੜੇ ਹੈਗੇ ਨੌਜਵਾਨ ਮੁੰਡੇ ਬਹੁਤ ਮਾਰੇ ਜਾ ਚੁੱਕੇ ਨੇ ਨਸ਼ਿਆਂ ਕਰਕੇ, ਜਿਹੜੇ ਇਸ ਤਰ੍ਹਾਂ ਦਾ ਜਿਹੜੀ ਡਰੱਗ ਹੈ ਸਿੰਥੈਟਿਕ ਡਰੱਗ ਹੈਗੀ ਹੈ, ਠੀਕ ਹੈ ਨੀ। ਪਹਿਲਾਂ ਨਸ਼ੇ ਜਿਹੜੇ ਹੁੰਦੇ ਸੀ ਹੋਰ ਤਰ੍ਹਾਂ ਦੇ ਹੁੰਦੇ ਸੀਗੇ, ਪਰ ਇਹਨਾਂ ਨੇ ਜਿਹੜਾ ਹੈਗਾ ਜਿਹੜੀਆਂ ਮਤਲਬ ਹਾਕਮ ਪਾਰਟੀਆਂ ਉਹਨਾਂ ਦੀ ਮਿਲੀ ਭੁਗਤ ਨਾਲ ਹੀ ਸਾਰਾ ਕੁਛ ਹੁੰਦਾ ਹੈ। ਕਿਸਾਨੀ ਤਾਂ ਬਿਨਾਂ ਸ਼ੱਕ ਬਹੁਤ ਹੀ ਲਾਹੇਵੰਦ ਧੰਦਾ ਤਾਂ ਰਿਹਾ ਹੀ ਨਹੀਂ ਨਾ, ਬਿਲਕੁਲ ਬਹੁਤ ਘਾਟੇਬੰਦ ਧੰਦਾ ਹੈ। ਉਹਦੇ ਕਾਰਨ ਨੇ ਕਈ, ਉਹਦੇ ਕਾਰਨ ਪੋਲੀਟੀਕਲ ਕਾਰਨ ਵੀ ਅੱਜ ਤੱਕ ਸਰਕਾਰਾਂ ਨੇ ਕੋਈ ਖੇਤੀ ਦੇ ਸੰਬੰਧ 'ਚ ਨੀਤੀ ਨਹੀਂ ਪ੍ਰੋਪਰ ਬਣਾਈ, ਸਿਰਫ ਲੋਕ ਲਭਾਊ ਫੈਸਲਿਆਂ ਨਾਲ ਥੋੜਾ ਜਿਹਾ ਵਕਤੀ ਤੌਰ ਤੇ ਉਹਨਾਂ ਨੂੰ ਕੁਛ ਰਾਹਤਾਂ ਦੇ ਕੇ ਬਸ ਡੰਗ ਟਪਾਇਆ। ਤੁਹਾਨੂੰ ਕੀ ਲੱਗਦਾ ਜਦੋਂ ਤੁਸੀਂ ਆਪਣਾ ਉਮੀਦਵਾਰ ਤੁਸੀਂ ਚੁਣੋਗੇ, ਆਪਣੇ ਉਮੀਦਵਾਰ ਦੇ ਵਿੱਚ ਕੀ ਕੁਆਲਿਟੀ ਦੇਖੋਗੇ, ਕੀ ਚੀਜ਼ ਦੇਖੋਗੇ ਜਿਹਨੂੰ ਦੇਖ ਕੇ ਤੁਸੀਂ ਆਪਣੀ ਵੋਟ ਉਸ ਉਮੀਦਵਾਰ ਨੂੰ ਪਾਓਗੇ? ਸਭ ਤੋਂ ਵੱਡੀ ਗੱਲ ਹੈ ਜੀ, ਉਮੀਦਵਾਰ ਲੋਕਲ ਹੋਵੇ, ਲੋਕਲ ਵਰਸਸ ਆਊਟਰ ਜਿਹੜਾ ਹੈਗਾ ਉਹ ਦੇਖਾਂਗੇ, ਪਾਰਟੀ ਵੀ ਦੇਖਾਂਗੇ, ਪੜ੍ਹਿਆ ਲਿਖਿਆ ਉਮੀਦਵਾਰ ਹੋਵੇ ਜਿਹੜਾ। ਦੇਖੋ ਜੇ ਲੋਕਲ ਬੰਦਾ ਚੁਣਾਂਗੇ ਤਾਂ ਉਹ ਲੋਕਾਂ ਦੇ ਵਿੱਚ ਰਹੇਗਾ 24 ਘੰਟੇ, ਲੋਕਾਂ ਦੀਆਂ ਸਮੱਸਿਆਵਾਂ ਨੂੰ ਵੱਧ ਜਾਣਦਾ ਆਟੋਮੈਟਿਕਲੀ। ਜਿਹੜਾ ਲੋਕਲ ਬੰਦਾ ਉਹਨੂੰ ਚੁਣਨਾ ਚਾਹੀਦਾ। ਲੋਕਲ ਬੰਦਾ ਹੁੰਦਾ, ਲੋਕਲ ਬੰਦੇ ਦੀ ਸਪੋਰਟ ਜ਼ਿਆਦਾ ਕਰਦਾ ਗਾ ਜ਼ਿਆਦਾਤਰ ਤਾਂ, ਜੇ ਲੋਕਾਂ ਦੇ ਵਿੱਚ ਆਮ ਬੰਦੇ ਦੇ ਵਿੱਚ ਹੋਵੇ ਕਰਦਾ, ਕਿਉਂਕਿ ਪਹਿਲੀ ਗੱਲ ਤਾਂ ਕਈ ਬੰਦੇ ਤਾਂ ਮਿਲਦੇ ਹੀ ਨਹੀਂ ਗੇ ਜਿਹੜੇ ਦਰਅਸਲ ਦੇਖਦੇ ਹਾਂ ਆਪਾਂ, ਚੱਲ ਜਾਂਦੇ ਹਾਂ ਕਿਸੇ ਕੰਮ ਕਰਾਉਣ ਵਾਸਤੇ, ਉਹ ਮਿਲਦੇ ਹੀ ਨਹੀਂ ਗਾ। ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਗਾ, ਇੱਥੇ ਬੱਚੇ ਪਲੱਸ ਟੂ ਗ੍ਰੈਜੂਏਸ਼ਨ ਬੀਟੈਕ ਐਮਟੈਕ ਬਹੁਤ ਕਰੇ ਫਿਰਦੇ ਨੇ, ਬੇਰੁਜ਼ਗਾਰ ਨੇ। ਹਾਂ, ਕੋਈ ਵੀ ਪਾਰਟੀ ਆਉਂਦੀ ਹੈ, ਕੋਈ ਵੀ ਸਰਕਾਰ ਆਉਂਦੀ ਹੈ, ਉਹਨਾਂ ਨੂੰ ਚਾਹੀਦਾ ਸਭ ਤੋਂ ਪਹਿਲਾਂ ਬੇਰੁਜ਼ਗਾਰੀ ਖਤਮ ਕਰਨਾ। ਦੂਸਰਾ ਕਿਸਾਨੀ ਦਾ ਮੁੱਦਾ, ਕਿਸਾਨੀ ਦੇ ਮੁੱਦੇ ਨੂੰ ਹਰ ਆਧਾਰ 'ਤੇ ਪਹਿਲ 'ਤੇ ਲੈਣਾ ਚਾਹੀਦਾ ਉਹਨਾਂ ਨੂੰ। ਵੈਸੇ ਤਾਂ ਜੀ ਕਰਪਸ਼ਨ ਵੀ ਮੇਨ ਹੈ ਇਸ਼ੂ, ਕਰਪਸ਼ਨ ਵੀ ਹੋਣੀ ਚਾਹੀਦੀ ਹੈ ਬੰਦ। ਬਾਕੀ ਡਿਵੈਲਪਮੈਂਟ ਹੈ, ਉਦੋਂ ਬਾਅਦ ਐਜੂਕੇਸ਼ਨ ਹੈ, ਇਹ ਜੇ 2-4 ਕੰਮ ਜਿਹੜੇ ਨੇ ਮੇਨ ਪਹਿਲੇ ਹੋਣੇ ਚਾਹੀਦੇ ਨੇ। ਮੇਰਾ ਖਿਆਲ ਹੈ ਜੀ ਉਹਨਾਂ ਨੇ ਕੁਛ ਨਹੀਂ ਕੀਤਾ, ਇੱਥੋਂ ਜਿੱਤ ਕੇ ਚਲੇ ਜਾਂਦੇ ਆ ਚੰਡੀਗੜ੍ਹ, ਦੁਬਾਰਾ ਵਾਪਸ ਨਹੀਂ ਆਉਂਦੇ, ਲੋਕਾਂ ਦਾ ਕੁਛ ਹਾਲ ਚਾਲ ਨਹੀਂ ਪੁੱਛਦੇ। ਅਤੇ ਮੈਨੂੰ ਲੱਗਦਾ ਵੀ ਜਿਹੜੇ ਨਵੇਂ ਹੁਣ ਚੁਣਨੇ ਨੇ ਨੁਮਾਇੰਦੇ, ਉਹਨਾਂ ਨੂੰ ਆਪਦੇ ਇਲਾਕੇ ਵਿੱਚ ਰਹਿਣਾ ਚਾਹੀਦਾ, ਲੋਕਾਂ ਨੂੰ ਮਿਲਣਾ ਚਾਹੀਦਾ, ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਚਾਹੀਦਾ, ਜਿੱਦਾਂ ਬੇਰੁਜ਼ਗਾਰੀ ਹੈ ਜਾਂ ਨਸ਼ਿਆਂ ਦੀਆਂ ਸਮੱਸਿਆਵਾਂ, ਇਹ ਦੂਰ ਹੋਣੀਆਂ ਚਾਹੀਦੀਆਂ ਨੇ। ਸੀਵਰੇਜ ਦੀ ਪ੍ਰੋਬਲਮ ਹੈ, ਇਹ ਵੀ ਦੂਰ ਹੋਣੀ ਚਾਹੀਦੀ ਹੈ, ਬਸ ਇਸੇ ਨਾਲ ਹੀ ਸੁਧਾਰ ਹੋ ਸਕਦਾ। ਤਾਂ ਇਹ ਨੇ ਜੋ ਬਰਨਾਲੇ ਹਲਕੇ ਦੇ ਸੂਝਵਾਨ ਵੋਟਰ ਜਿਹੜੇ ਕੀ ਕਹਿੰਦੇ ਨੇ ਕਿ ਹਰ ਇੱਕ ਮੁੱਦੇ 'ਤੇ ਗੌਰ ਨਾਲ ਸੋਚਣਾ ਚਾਹੀਦਾ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੂੰ, ਚਾਹੇ ਉਹ ਜੋ ਨਸ਼ੇ ਦਾ ਮੁੱਦਾ ਹੋਵੇ, ਬੇਰੁਜ਼ਗਾਰੀ ਦਾ ਮੁੱਦਾ ਹੋਵੇ, ਵਿਕਾਸ ਦਾ ਮੁੱਦਾ ਹੋਵੇ, ਇਹਨਾਂ ਸਾਰੀਆਂ ਚੀਜ਼ਾਂ 'ਤੇ ਗੰਭੀਰਤਾ ਨਾਲ ਸੋਚਣਾ ਜ਼ਰੂਰੀ ਹੈ। ਅਤੇ ਨਾਲ ਹੀ ਨਾਲ ਜੋ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨਾਂ ਦੁਆਰਾ ਇਹੀ ਕਿਹਾ ਜਾ ਰਿਹਾ ਕਿ ਉਸੇ ਉਮੀਦਵਾਰ ਨੂੰ ਇਹ ਆਪਣਾ ਨੇਤਾ ਚੁਣਨਗੇ ਜਿਹੜਾ ਇਹਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰੇਗਾ। ਕੈਮਰਾਮੈਨ ਅਰੁਣ ਦੇ ਨਾਲ ਰਵਿੰਦਰ ਸਿੰਘ, ਜੀ ਮੀਡੀਆ, ਬਰਨਾਲਾ।